ਨੇ ਹੋ ਕੀ ਕਰੀ ਜਾਂਦੀ ਹੈ? ਕੀ ਹੈ ਤੇਰੇ ਮੂੰਹ ਚ? हाँ मिल गई अमलिया तेरी भुक्की मिल गई मसा मिली है एक तो सख्ताई वाली कर रखी है सरकार ने होर कुतो महंगी हो रही है बे छड़ दे किसी हिसाब नाल नहीं तो फड़े जावेगा कदे मैं इदे नाल तो मैं फड़े ही जाऊंगा जे छड़ती मैं तो मर ही जाऊंगा जा परा हो तर क्या मंदिर समान देख ला किन्ने साल हो गए तेन भुक्की खाते बेबे ने तो पता लगन नहीं दिता तारी ने तो माड़ा मोटा पता है तारी ने तो ऐ पता है मैं कई बार मंगाई है तू ना राजू बुले गए तू भी फड़ लिया जाके ता पता लग गया तेन कि मैं पता लगन दिता सी पर घर वाली तू कि परदा रहा हूं हाँ लुको तो तू मेरे तो ही बहुत चेर रखेगा एक दिन मैं तेन फड़ लिया जो तूड़िया सवाद च खाई जाती बैठा जे फिर की हो गया फिर की मैं खानो हट गया पे तू तो पूरा पक्का वाली है तू कोई छड़दा मैनू पता है चल चाह बना तू यार घेंट जी ना जी छेती खा भी है भुक्की अंदर वो ना ना मैं तो उठी तेन कार्ड लाया है पहले चेक भी करना थी कहा जाए कर लिया फिर चेक हाँ समान तो पूरा आ गया है खान सारी भूर पैन लाती या तू चाह बना दी बड़ा बढ़िया और आप तो तेन कार्ड लाया है मेरा की बनू मेरे सुखी चाह के मिलों को ले हुण बनूंगा ले हुण बनाउणी आ कहण जी जा फिर नवेड़ दियां कम धंधे हो गया ना शरीर कायम आप तां मौजना कार्ड लाया आ धरतियां चाह ले कपड़े भी नवेड़ते भांडे भी धोले सारा कम नवेड़ता मैं तां मैं भी कहां जस्सा कम खेत च इन्ना कल्ला किवें कर लैंदा है ले खेतों आ के ना इह डंगरां दा करदा है इह सारे भुक्की दी कारे ने सच्ची पूरा कायम कर दिंदे बंदे नूं जस्से नूं तां ऐ वी मैं कल्ला ही खाना भुक्की ऐ नहीं पता तेरे घर वाली बराबर खिंचदी है कम नूं बेतारी कल नू लंबरदारा दे मुंडे दा विआह है पैरिस च कौन जाऊगा उत्थे किवें करिए देख ला बेबे ऊ अपना मान तान भी बहुत करदे बेचारे ओही तां गल है जां तां फिर आपां मां पुत जाए आउने आ जां फिर मैं जस्से नू लै जानी आ जां फिर जस्सा ते सुखपाल भग जाणगे दोने जी हां ए भी ठीक रहू बाई दे भाभी भग जाणगे हां चल मैं पुछदी आ किधर गई सुखपाल मैं करदी आ रे बाहर ही आई भाभी तां अच्छा पुछदी आ फिर मैं पुछ ला चल कोई नहीं ਨਹੀਂ ਸੁਖਪਾਲ ਨਹੀਂ ਸੁਖਪਾਲ ਅੱਛਾ ਇੱਧਰ ਹੈ ਸੁਖਪਾਲ ਮੈਂ ਤਾਂ ਤੇਰੇ ਨਾਲ ਰਾਇ ਕਰਨ ਆਈ ਸੀ ਮਹਾਂ ਲੰਬਰਦਾਰਾਂ ਦੇ ਮੁੰਡੇ ਦਾ ਵਿਆਹ ਹੈ ਤੂੰ ਤਾਂ ਜੱਸਾ ਵਗ ਜਾਓਗੇ ਨਹੀਂ ਹੋ ਕੀ ਕਰੀ ਜਾਂਦੀ ਹੈ ਕੀ ਹੈ ਤੇਰੇ ਮੂੰਹ ਚ ਆ ਜਾ ਬਹਿ ਜਾ ਬਹਿ ਕੇ ਗੱਲ ਕਰਦੇ ਆਪਾਂ दस पुत्ता मुझे क्या फलाया बोल दी क्या कुछ लई नु की हो गया मैं तो समझ नहीं आती बेबे ने मेरा साई बंद कर देना थी हाय हाय जे बोलती तो भुक्की बाहर होती थी की करा मोटापा घट जांदा
ਐਂ ਕਰਕੇ ਲੈ ਬੇਬੇ ਤੂੰ ਮੈਨੂੰ ਬੁਲਾਈ ਗਈ ਮੇਰੇ ਤਾਂ ਸਾਹ ਨਿਕਲ ਜਾਣਾ ਸੀ ਬਾਹਰ ਸਾਹ ਰੋਕ ਕੇ ਰੱਖਣਾ ਪੈਂਦਾ ਬੇਬੇ ਚ ਪਤਾ ਨਹੀਂ ਭਾਈ ਇਹ ਕਿਹੜਾ ਨਵਾਂ ਜੋਗਾ ਹੋ ਗਿਆ ਕਪਾਲ ਭਾਤੀ ਤਾਂ ਸੁਣਿਆ ਸੀ ਵੀ ਰਾਮਦੇਵ ਦੱਸਦਾ ਹੁੰਦਾ ਵੀ ਅੰਦਰ ਸਾਹ ਖਿੱਚ ਕੇ ਨੱਕ ਥਾਈ ਦੀ ਬਾਹਰ ਕੱਢਣਾ ਹੁੰਦਾ ਆਹ ਤਾਂ ਪਹਿਲੀ ਵਾਰੀ ਸੁਣਿਆ ਵੀ ਅੰਦਰ ਸਾਹ ਰੱਖ ਕੇ ਮੂੰਹ ਫਲਾਈ ਰੱਖੋ ਬੇਬੇ ਤਾਂ ਬਹੁਤ ਵਧੀਆ ਜੋਗਾ ਹੈ ਅੰਗਰੇਜ਼ਾਂ ਦੇ ਰਾਮਦੇਵ ਨੇ ਦੱਸਿਆ ਅੰਗਰੇਜ਼ ਸਾਰੇ ਇਹੀ ਕਰਦੇ ਨੇ ਅੱਛਾ ਭਾਈ ਫਿਰ ਤਾਂ ਮੈਂ ਵੀ ਕਰ ਲਿਆ ਕਰੂੰਗੀ ਮੇਰੇ ਵੀ ਮੋਟਾਪਾ ਜਿਹਾ ਹੈਗਾ ਥੋੜਾ ਜਿਹਾ ਹਾਂ ਹਾਂ ਬੇਬੇ ਕਰ ਲਿਆ ਕਰ ਬਹੁਤ ਵਧੀਆ ਚਲ ਕੋਈ ਨਾ ਬੇਬੇ ਅੱਜ ਸਵਗ ਜਾਂਗ ਦੋਨੇ ਚਲ ਠੀਕ ਹੈ ਵਧੀਆ ਕਰ ਲੈ ਠੀਕ ਹੈ ਅੱਜ ਤਾਂ ਬੜੀ ਬੱਚੇ ਪੁੱਤ ਡੰਗਰਾਂ ਨੂੰ ਸੰਨੀ ਕਰਿਆ ਆਉਂਦਾ ਸੰਨੀ ਬੇਬੇ ਮੈਂ ਹੋ ਤਾਂ ਉਧਰਲੇ ਖੇਤੋਂ ਆਇਆਗਾ ਤਾਰੀ ਨੂੰ ਕਹਿ ਦੇ ਉਹ ਕਰ ਦੂਗਾ ਬੇ ਕਿਹਾ ਸੀ ਤਾਰੀ ਨੂੰ ਤਾਰੀ ਇੱਧਰ ਨੂੰ ਤੁਰ ਗਿਆ ਕਹਿੰਦਾ ਆ ਕੇ ਕਰ ਦੂੰਗਾ ਇਤਨੇ ਨੂੰ ਡੰਗਰ ਭੁੱਖੇ ਮਰ ਜਾਣਗੇ ਪੁੱਤ ਉਹ ਤਾਂ ਫਿਰ ਕਬੀਲਾ ਕਰ ਦੂਗਾ ਹੋਰ ਭੁੱਖੇ ਡੰਗਰਾਂ ਦਾ ਕਿਵੇਂ ਨੂੰ ਚੱਲ ਮੈਂ ਰਲਾ ਦਿੰਦਾ ਕੋਈ ਨਾ ਚੱਲ ਦੇਖ ਲੈ ਤਾਰੀ ਸੰਨੀ ਨਹੀਂ ਰਲਾ ਕੇ ਗਿਆ ਪਸ਼ੂਆਂ ਨੂੰ ਐਂ ਕਰਦਾ ਹੁੰਦਾ ਤਾਂ ਹੋਰ ਯਾਰ ਮੈਂ ਰਲਾਵਾਂ ਫਿਰ ਮੈਂ ਤਾਂ ਆਪ ਥੱਕ ਗਿਆ ਸੀਗਾ ਮੈਂ ਮਾੜਾ ਕਾਰਡ ਲਾ ਕੇ ਆਉਣਾ ਫਿਰ ਲਾਉਣਾ ਹੈ ਸਮਾਨ ਥੋੜ੍ਹੀ ਰਹਿ ਗਿਆ ਯਾਰ ਇਹ ਸਮਾਨ ਤਾਂ ਦੋ ਤਿੰਨ ਦਿਨਾਂ ਦਾ ਰਹਿ ਗਿਆ ਮੈਂ ਕਮਾਲ ਹੋ ਗਈ ਯਾਰ ਮੇਰੀ ਗੱਲ ਸੁਣ ਸਪਾਲ ਭੁੱਖੀ ਕਿਵੇਂ ਥੋੜੀ ਜਿਹੀ ਰਹੇਗੀ ਨਾ ਤੈਨੂੰ ਪਤਾ ਹੋਊ ਉਹ ਤਾਂ ਤਿੰਨ ਤਿੰਨ ਟਾਈਮ ਖਾਣਾ ਘੱਟ ਖਾ ਲਿਆ ਕਰ ਭਲਾ ਤਿੰਨ ਟਾਈਮ ਖਾਣਾ ਫਿਰ ਵੀ ਚਾਰ ਦਿਨ ਤਾਂ ਹੋਏ ਨੇ ਹਜੇ ਲਿਆਂਦੇ ਨੂੰ ਇੰਨਾ ਕਿਵੇਂ ਘਟ ਗਿਆ ਮੈਨੂੰ ਕੀ ਪਤਾ ਹੁਣ ਤੂੰ ਹੀ ਖਾਣੇਗਾ ਮੈਂ ਕਿ ਤੇਰੀ ਭੁੱਖੀ ਖਾਣ ਲੱਗੀ ਆ ਉਹ ਨਾ ਨਾ ਸਪਾਲ ਮੈਂ ਤੈਨੂੰ ਨਹੀਂ ਕਹਿੰਦਾ ਮੈਂ ਤਾਂ ਇਹ ਕਹਿੰਦਾ ਪਤੰਦਰ ਤਾਰੀ ਤਾਂ ਨਹੀਂ ਖਾਈ ਜਾਂਦਾ ਚੋਰੀਓ ਗੱਲ ਤਾਂ ਤੁਹਾਡੀ ਸਹੀ ਹੈ ਖਾ ਸਕਦਾ ਤਾਰੀ ਵੀ ਲੈ ਤੂੰ ਮਾੜਾ ਮੋਟਾ ਧਿਆਨ ਨਹੀਂ ਰੱਖ ਸਕਦੀ ਲੈ ਹੁਣ ਮੈਂ ਤੇਰੀ ਭੁੱਖੀ ਦੀ ਰਾਖੀ ਬੈਠੀ ਰਹਾ ਮੈਨੂੰ ਹੋਰ ਵੀ ਕੰਮ ਦੰਦੇ ਬਥੇਰੇ ਨੇ ਮੈਨੂੰ ਤਾਂ ਇਹ ਨਹੀਂ ਪਤਾ ਤੂੰ ਰੱਖਦਾ ਕਿੱਥੇ ਮੈਨੂੰ ਲੱਗਦਾ ਸਾਰੇ ਤਾਰੀ ਦੇ ਕੰਮ ਹੈ ਮੈਨੂੰ ਹੋਰ ਟਿਕਾਣਾ ਕੋਈ ਭਾਲਣਾ ਪਊ ਧਰਨ ਦਾ ਜੇ ਥੋੜਾ ਰਹਿ ਗਿਆ ਤਾਂ ਪ੍ਰਬੰਧ ਪਹਿਲਾਂ ਹੀ ਕਰ ਲੈ ਨਹੀਂ ਤੋੜਨਾ ਮਰਦਾ ਫਰੇਗਾ ਆਹੋ ਦੇਖਦਾ ਮੈਂ ਹੁਣ ਤਾਂ ਰਾਜੂ ਕੇ ਵੀ ਤਿੰਨ ਚਾਰ ਵਾਰੀ ਛਾਪਾ ਪੈ ਗਿਆ ਹੁਣ ਉਹ ਵੀ ਨਹੀਂ ਗੱਲ ਕਰਦਾ ਜਵਾਬ ਦੇ ਦਿੰਦਾ ਉਹ ਵੀ ਹੁਣ ਬੰਤੇ ਡਰਾਈਵਰ ਨੂੰ ਪੁੱਛਦਾ ਉਹ ਕਰੂਗਾ ਜੇ ਕੋਈ ਪ੍ਰਬੰਧ ਕੋਈ ਚੱਲ ਕਿਸੇ ਨੂੰ ਮਰਜ਼ੀ ਪੁੱਛ ਛੇਤੀ ਕਰ ਮੜਾ ਜਾ ਪ੍ਰਬੰਧ ਪੁੱਛ ਲੂੰਗਾ ਤੈਨੂੰ ਕਾਹਦਾ ਫਿਕਰ ਹੈ ਤੋੜ ਲੱਗੂ ਮੈਨੂੰ ਲੱਗੂ ਮੈਂ ਤਾਂ ਇਹ ਕਹਿਨੀ ਆ ਪਿੱਛੋਂ ਮੇਰੀਆਂ ਚੁੰਨੀਆਂ ਲੱਤਾਂ ਵਾਹ ਵੰਦਾ ਫਿਰਦਾ ਹੁੰਦਾ ਚੱਲ ਕੋਈ ਨਾ ਕਰ ਲੂੰ ਮੈਂ ਪਹਿਲੀ ਕੋਈ ਹੱਲ ਮੈਂ ਤਾਂ ਰਲਾ ਮੱਟ ਸੰਨੀ ਯਾਰ ਜਾ ਕੇ ਲੈ ਮੈਨੂੰ ਕਹਿੰਦਾ ਕਿ ਤੈਨੂੰ ਕਾਹਦਾ ਫਿਕਰ ਹੈ ਮੈਨੂੰ ਆਪਦੀ ਤੋੜ ਦਾ ਫਿਕਰ ਹੈ ਉੱਤੋਂ ਕਹਿੰਦਾ ਟਿਕਾਣਾ ਬਦਲੂੰਗਾ ਚੱਲ ਧਿਆਨ ਤਾਂ ਰੱਖਣਾ ਹੀ ਪਊਗਾ ਮੈਨੂੰ ਕਿੱਥੇ ਰੱਖਦਾ ਬਦਲ ਕੇ ਟਿਕਾਣਾ ਮੈਨੂੰ ਤਾਂ ਪਤਾ ਲੱਗ ਹੀ ਜਾਣਾ ਚੱਲ ਬੇਬੇ ਦਾ ਸੱਚੀ ਮੂੰਹ ਫਲਾਉਣਾ ਜੋਗਾ ਕਰਨ ਲੱਗ ਗਈ ਚੱਲ ਕਰੀ ਜਾਣਦੇ ਆਪਾਂ ਰੁਕੀਏ ਆ ਬੇਬੇ ਕੀ ਕਰੀ ਜਾਂਦੀ ਹੈ ਕੀ ਹੋ ਗਿਆ ਬੇਬੇ ਤੈਨੂੰ ਹੈ ਪਤਾ ਨਹੀਂ ਕੀ ਹੋ ਗਿਆ ਬੇਬੇ ਨੂੰ ਲੈ ਇਹ ਵੱਡੀ ਮੂੰਹ ਫਲਾਈਏ ਬੈਠੀ ਹੋਰ ਹੀ ਹੈਂ ਬੇਬੇ ਕਿਵੇਂ ਮੂੰਹ ਫਲਾਈ ਬੈਠੀ ਹੈ ਕੀ ਹੋ ਗਿਆ ਬੇਬੇ ਤੈਨੂੰ ਮੂੰਹ ਫਲਾਈ ਬੈਠੀ ਹੈ ਲੈ ਇਹਨੂੰ ਕੀ ਹੋ ਗਿਆ ਉਹ ਬੇਬੇ ਕੀ ਗੱਲ ਹੋ ਗਈ ਸੁਪਾਲ ਨਾਲ ਤਾਂ ਲੜਪੀ ਕਿਤੇ ਮੂੰਹ ਫਲਾਈ ਬੈਠੀ ਹੈ ਹਾਏ ਹਾਏ ਜਾ ਵੇ ਮੈਂ ਤਾਂ ਜੋਗਾ ਕਰਦੀ ਸੀ ਪਤਲੇ ਹੋਣ ਵਾਲਾ ਸਾਰਾ ਜੋਗਾ ਖਰਾਬ ਕਰਤਾ ਮੇਰਾ ਪਤਲੇ ਹੋਣ ਵਾਲਾ ਇਹ ਕਿਹੜਾ ਹੋਇਆ ਪਤਲੇ ਹੋਣ ਵਾਲਾ ਜੋਗਾ ਬੇ ਤੈਨੂੰ ਨਹੀਂ ਪਤਾ ਆਪਣੀ ਸੁਖਪਾਲ ਕਰਦੀ ਹੁੰਦੀ ਹੈ ਇਹ ਅੰਗਰੇਜ਼ਾਂ ਦੇ ਰਾਮਦੇਵ ਦਾ ਨੁਕਸਾ ਇਹ ਸੁਪਾਲ ਕਰਦੀ ਹੁੰਦੀ ਹੈ ਅੰਗਰੇਜ਼ਾਂ ਦਾ ਰਾਮਦੇਵ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੇਬੇ ਕਸਰ ਕੁਸਰ ਤਾਂ ਨਹੀਂ ਹੋਗੀ ਤੈਨੂੰ ਬੇ ਕੋਈ ਕਸਰ ਨਹੀਂ ਹੋਈ ਮੈਨੂੰ ਤੁਰ ਜਾ ਇੱਥੋਂ ਸਾਰਾ ਜੋਗਾ ਖਰਾਬ ਕਰਤਾ ਮੇਰਾ ਚੱਲ ਕੋਈ ਨਾ ਬੇਬੇ ਕਰ ਲੈ ਹੁਣ ਕਰ ਲੈ ਉਹ ਸੁਪਾਲ ਬੇਬੇ ਨੂੰ ਤੂੰ ਕਿਹੜਾ ਜੋਗਾ ਦੱਸਿਆਗਾ ਮੂੰਹ ਫਲਾਉਣ ਵਾਲਾ ਉਹ ਨਹੀਂ ਨਹੀਂ ਮੈਂ ਨਹੀਂ ਦੱਸਿਆ ਮੈਂ ਤਾਂ ਕਪਾਲ ਭਾਤੀ ਬਾਰੇ ਦੱਸਿਆ ਸੀ ਬੇਬੇ ਨੂੰ ਇਹ ਕਪਾਲ ਭਾਤੀ ਦਾ ਨਵਾਂ ਵਰਜਨ ਆ ਗਿਆ ਹੋਊ ਫਿਰ ਹੈ ਇਹਨੂੰ ਸਾਨੂੰ
ਵੇਖ ਸਾਲਾ ਮੇਰੀ ਭੁੱਕੀ ਖਾ ਕੇ ਕਿਵੇਂ ਲੰਮੀਆਂ ਤਾਣੀ ਪਿਆ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਭੁੱਕੀ ਖਾ ਕੇ ਤਾਂ ਬੰਦਾ ਟਿਕਦਾ ਨਹੀਂ ਹੁੰਦਾ, ਇਹਨੂੰ ਤਾਂ ਮੈਂ ਕਈ ਦਿਨਾਂ ਦੇਖੀ ਜਾਂਦਾ, ਇਹ ਤਾਂ ਸੁੱਤੇ ਹੀ ਰਹਿੰਦਾ। ਲੈ ਤਾਂ ਗਿਆ ਹੋਇਆ ਭੁੱਕੀ ਦਾ ਪ੍ਰਬੰਧ ਕਰਨ, ਇਹਦੇ ਕੀ ਤਾਂ ਇਹ ਪੂਰਾ ਸ਼ੱਕੀ ਹੋਇਆ ਫਿਰਦਾ। ਤਾਰੀ 'ਤੇ ਤਾਂ ਸ਼ੱਕ ਪੱਕਾ ਕਰਾਉਣ ਵਾਸਤੇ ਤਾਰੀ ਨੂੰ ਕੋਈ ਵਡਿਆ ਧਰਾ ਕੇ ਕੰਮ ਤਾਂ ਦਿਲਾਵਾਂ, ਨਹੀਂ ਤਾਂ ਸ਼ੱਕ ਮੇਰੇ 'ਤੇ ਵਗ ਜੂ। ਲੈ ਆ ਗਿਆ, ਮਿਲ ਗਈ। ਲੈ ਹੋਰ ਨਾ ਮਿਲਦੀ, ਜਦੋਂ ਬਗੀ ਗਿਆ ਲੈਣ। ਇੱਕ ਮਿੰਟ ਮੈਂ ਮਾੜਾ ਜਿਹਾ ਰੱਖਿਆ ਮੈਂ ਇਹਨੂੰ ਅੰਦਰ, ਐਤਕੀ ਲੁਕੋ ਕੇ ਰੱਖੂੰ ਤਾਰੀ ਤੂੰ। ਇਹ ਨਾ ਹੋਵੇ ਕਿਤੇ ਅਸੀਂ ਥਾਂ 'ਤੇ ਲੁਕੋ ਅਤੇ ਮੈਨੂੰ ਮਿਲਣ ਲੱਭੇ, ਪਰ ਅਸੀਂ ਥਾਂ ਤਾਂ ਕਿਹੜੀ ਹੋਊਗੀ, ਮੈਂ ਤਾਂ ਛਾਣ ਦੂੰ ਸਾਰਾ ਘਰ। ਡੋਡੇ ਪਿਆ ਕੇ ਲਿਆਇਆ, ਪੂਰਾ ਤੇਜ਼ ਹੈ ਮਾਲ। ਮੈਂ ਤਾਂ ਉੱਥੇ ਇੱਕ ਕਾਰਡ ਲਾ ਕੇ ਦੇਖਿਆ ਸੀਗਾ, ਰਗਾਂ ਉੱਠਿਆ ਤੀਆਂ। ਅੱਛਾ, ਇਹਦੇ 'ਤੇ ਇੰਨੇ ਪੈਸੇ ਲਾਉਣਾ, ਉਹੀ ਪੈਸਿਆਂ 'ਤੇ ਕਾਜੂ ਬਦਾਮ ਲਿਆਇਆ ਕਰ, ਨਾਲੇ ਮਾੜੀ ਮੋਟੀ ਤੇਰੀ ਸਿਹਤ ਬਣੇ, ਭੁੱਕੀ ਖਾ ਖਾ ਦੇਖ ਬੁੱਤੀ ਕਿਹੋ ਜਿਹੀ ਕਰੀ ਆ। ਉਹ ਇਹਦੇ ਨਾਲ ਤਾਂ ਸਿਹਤ ਬਣਦੀ ਹੈ ਮੇਰੀ, ਮੈਂ ਤਾਂ ਜਦੋਂ ਛੱਡਦਾ ਜੰਮੀ ਸੁੱਕ ਜਾਂਦਾ। ਆ ਬਣਦੀ ਹੈ ਸਿਹਤ, ਕਿਧਰੋਂ ਅਮਲੀ ਪੱਲੇ ਪੈ ਗਿਆ ਮੇਰੇ। ਚਾਹ ਪੀਣੀ ਹੋਣੀ ਹੁਣ ਤਾਂ? ਚਾਹ ਤਾਂ ਪੀਣੀ ਹੈ। ਆਹੋ ਪਤਾ ਹੀ ਹੈ ਮੈਨੂੰ, ਲਿਆਉਣੀ ਆ। ਹਾਏ ਮੇਰਾ ਤਾਂ ਆਪ ਜੀ ਕਰੀ ਜਾਂਦਾ ਖਾਣ ਨੂੰ, ਇਹਨੂੰ ਖੇਤ ਵਗ ਜਾਂਦੇ, ਫਿਰ ਲੱਭੂੰਗੀ ਕਿਤੇ। ਆ ਪਿਆ ਸੁੱਤਾ ਬਾਬੂ ਜੀ ਤਾਂ, ਹੈਂ ਫਿਕਰ ਫਾਂਕਾ ਹੈ ਨਹੀਂ ਕੋਈ। ਕੋਈ ਨਾ, ਐਤਕੀ ਤਾਂ ਮੈਂ ਹੋਰ ਟਿਕਾਣੇ ਤਿਲਕ ਹੋਇਆ, ਐਤਕੀ ਨਹੀਂ ਥਿਉਂਦਾ ਤੈਨੂੰ। ਚੱਲ ਸ਼ੁਕਰ ਹੈ, ਸ਼ੁਕਰ ਹੈ ਤਾਂ ਵਗ ਗਿਆ। ਮੈਂ ਦੇਖਦੀ ਹਾਂ ਮਾਲ ਹੁਣ ਕਿੱਥੇ ਲੁਕੋਇਆ, ਇੱਧਰ ਜੇ ਵੜਿਆ ਤੀ। ਰਸੋਈ 'ਚ ਲੈ ਜਾਣੀ, ਅੱਧਾ ਕੱਢ ਝੂੜੀ ਦੱਸਦੀ, ਬੋਝ ਕੇ ਭੁੱਖ ਜੀ ਲੈ ਜਾਣੀ, ਪੜਦੇ ਜਿਹਾ ਖਾਇਆ ਕਰੂੰਗੀ। ਸ਼ੁਕਰ ਹੈ ਮਿਲ ਗਿਆ, ਆਹ ਕੁੜਤੇ 'ਤੇ ਲਵੇਟ ਕੇ ਰੱਖੀ ਬੈਠਾ ਸੀ, ਚੱਲ ਰਸੋਈ 'ਚ ਰੱਖ ਲੈਣੀ, ਪੜਦੇ ਨਾ ਖਾ ਲਿਆ ਕਰੂੰਗੀ। ਲੈ ਇਹਨੂੰ ਵੜਿਆਵਾਂਗੇ ਹਿਸਾਬ ਨਾਲ। ਬੇਤਾਰੀ ਬੇਤਾਰੀ ਤਾਰੀ ਖੜਾ ਹੋ, ਮੈਂ ਤੇਰੇ ਨਾਲ ਕਿਰਾਇਆ ਕਰਨੀ ਹੈ। ਹਾਂ ਵੀ ਮੇਰੀ ਮਾਮੀ ਦੀ ਭਤੀਜੀ ਹੈ, 2-3 ਮਹੀਨੇ ਹੋ ਗਏ ਕੈਨੇਡਾ ਗਈ ਨੂੰ, ਆਈਲੈਟਸ ਕੀਤੀ ਸੀ ਉਹਨੇ। ਅੱਛਾ ਅੱਛਾ ਭਾਬੀ। ਹਾਂ ਦੇਖ ਤਾਰੀ, ਮਾਮੀ ਮੇਰੇ ਨਾਲ ਗੱਲ ਕਰਦੀ ਸੀ, ਉਹ ਕਹਿੰਦੀ ਆਪਾਂ ਨੇ ਵਿਆਹ ਵੀ ਕਰਨਾ ਇਹਦਾ, ਉਹਨੇ ਮਾਮਾ ਮਾਮੀ ਨੇ ਤਾਂ ਮੇਰੇ 'ਤੇ ਗੱਲ ਡੇਗੀ ਹੈ। ਮਾਮੀ ਕਹਿੰਦੀ ਕੁੜੀ ਵਾਸਤੇ ਮੁੰਡਾ ਤਾਂ ਲੱਭਣਾ, ਹੁਣ ਆਪਾਂ ਹੋਰ ਮੁੰਡੇ ਦੀ ਕਿਉਂ ਦੱਸ ਪਾਈਏ, ਤੂੰ ਹੈਗਾ ਤਾਰੀ, ਆਖਿਰ ਤੇਰਾ ਵੀ ਤਾਂ ਵਿਆਹ ਕਰਨਾ ਹੀ ਹੈ। ਹਾਂ ਹਾਂ ਭਾਬੀ ਇਹ ਤਾਂ ਹੈ। ਅਸੀਂ ਤਾਂ ਮੈਂ ਕਿਹਾ ਮਾਮੀ ਨੂੰ ਫਿਰ, ਬਸ ਹੋਰ ਤਾਂ ਕੋਈ ਗੱਲ ਨਹੀਂ, ਗੱਲ ਤਾਂ ਮੈਂ ਛੇੜ ਲਾ ਉਹਨਾਂ ਕੋਲੇ, ਇੱਕ ਤਾਂ ਤੂੰ ਆਲਸੀ ਵਾਲਾ, ਮੈਨੂੰ ਲਾਂਬੇ ਤਾਂ ਡਰ ਲੱਗਦਾ, ਕਿਤੇ ਅਗਲੇ ਕੱਲ੍ਹ ਨੂੰ ਕਹਿਣ ਵੀ ਸੁਖਪਾਲ ਤੇਰੇ ਦੇ ਔਰਤ ਆ ਕੇ ਕੈਨੇਡਾ 'ਚ ਕੰਮ ਨਹੀਂ ਕਰਦਾ। ਮੈਂ ਤਾਂ ਇਹੀ ਸਲਾਹ ਕਰਨੀ ਸੀ ਤੇਰੇ ਨਾਲ, ਹੁਣ ਮੈਂ ਕੀ ਕਰਾਂ? ਲੈ ਭਾਬੀ ਕਰਨਾ ਕੀ ਹੈ, ਤੂੰ ਗੱਲ ਛੇੜ ਉਹਨਾਂ ਨਾਲ, ਕੰਮ ਕੁੰਮ ਦੀ ਫਿਕਰ ਨਾ ਕਰ, ਮੈਂ ਤਾਂ ਓਵਰ ਟਾਈਮ ਵੀ ਕਰ ਲਿਆ ਕਰੂੰ, ਤੈਨੂੰ ਉੱਥੇ ਲਾਂਬਾ ਨਹੀਂ ਆਉਣ ਦਿੰਦਾ ਮੈਂ। ਵੀ ਸਾਰਾ ਦਿਨ ਤਾਂ ਤੂੰ ਕੁੰਭਕਰਨ ਵਾਂਗੂ ਸੁੱਤਾ ਰਹਿਣਾ, ਜੇ ਉੱਠਦਾ ਤੁਹਾਡੇ 'ਤੇ ਤਾਂਸ ਖੇਡਣ ਵਗ ਜਾਣਾ, ਮੈਨੂੰ ਤਾਂ ਤੇਰੇ ਅੱਛਾ ਲੱਗਦੀ ਨਹੀਂ ਕੰਮ ਕਰਨ ਵਾਲੇ। ਨਾ ਨਾ ਭਾਬੀ ਮੈਂ ਤਾਂ ਉਈ ਨਹੀਂ ਕਰਦਾ ਕੰਮ, ਹੁਣ ਤੈਨੂੰ ਮੈਂ ਕੰਮ ਕਰਕੇ ਦਿਖਾਊਂ, ਮੈਂ ਤਾਂ ਠਾ ਦੂ ਨੇਰੀਆਂ। ਨਾ ਠਾ ਜੀ ਠਾ ਦੀ, ਨਾ ਨਾ ਬਾਈ ਮੈਂ ਨਹੀਂ ਗੱਲ ਕਰਦੀ, ਹਜੇ ਤਾਂ ਤੈਨੂੰ 2 ਮਹੀਨੇ ਦੇਖਣਾ ਪਊ ਤੂੰ ਕੰਮ ਕਰਦਿਆਂ ਕਿ ਨਹੀਂ। ਕੋਈ ਗੱਲ ਨਹੀਂ ਭਾਬੀ, ਤੂੰ ਦੇਖ ਲਾ 2 ਮਹੀਨੇ, ਮੈਂ ਤਾਂ ਲਾ ਲੂੰ ਕੰਮ ਨੂੰ ਮੂਹਰੇ। ਪਰ ਭਾਬੀ ਮੈਨੂੰ ਡਰ ਇਹ ਹੈ, ਤੂੰ ਅਗਲੇ ਨਾਲ ਗੱਲ ਹੀ ਨਾ ਤੋਰੇ, ਉਹ ਕੁੜੀ ਕਿਤੇ ਹੋਰ ਮੰਗ ਦੇਣ। ਬੇ ਨਾ ਨਾ ਇਹੀ ਜੀ ਕੋਈ ਗੱਲ ਨਹੀਂ ਹੋ ਸਕਦੀ, ਮਾਮੀ ਨੇ ਤਾਂ ਮੇਰੀ ਜ਼ਿੰਮੇਵਾਰੀ ਲਾਈ ਹੈ ਵੀ ਮੁੰਡਾ ਕੁੜੀ ਵਾਸਤੇ ਤਾਂ ਹੀ ਲੱਭਣਾ, ਮੈਂ ਉਹਨਾਂ ਨੂੰ ਕਹਿ ਦੂੰਗੀ ਮੈਂ ਦੇਖਦੀ ਫਿਰਦੀ ਹਾਂ। ਬਸ ਠੀਕ ਹੈ ਭਾਬੀ, ਨਾ ਊਂ ਭਾਬੀ ਵਿਆਹ ਤਾਂ ਕਰ ਦੇਣਗੇ ਉਹ ਕੈਨੇਡਾ ਦੇ ਮੇਰੇ ਨਾਲ। ਬੇ ਕਰਨਗੀ, ਜਦੋਂ ਮੈਂ ਕਹੀ ਦਿੱਤਾ, ਹੁਣ ਤੂੰ ਸੋਹਣਾ ਸੁਨੱਖਾ ਤਾਂ ਹੈਗਾ ਹੀ ਹੈ। ਹਾਂ ਇਹ ਤਾਂ ਹੈ ਭਾਬੀ। ਬੇ ਐਂ ਕਰ, ਹੁਣ ਤੂੰ 2-3 ਮਹੀਨੇ ਪਹਿਲਾਂ ਮੈਨੂੰ ਕੰਮ ਕਰਕੇ ਦਿਖਾ। ਬਸ ਬੇਫਿਕਰ ਹੋਇਆ ਭਾਬੀ, ਤੂੰ ਅੱਜ ਤੋਂ ਹੀ ਲੈ। ਬੇ ਗੱਲ ਇਹ ਆਪਣੇ ਦੋਨਾਂ 'ਚ ਹੀ ਰਹਿਣੀ ਚਾਹੀਦੀ ਹੈ, ਜੇ ਬਾਹਰਾਂ ਦੇ ਮੂੰਹ ਚੜ ਜੇ ਨਾ ਗੱਲ, ਫਿਰ ਉਹ ਕੰਮ ਸਿਰੇ ਨਹੀਂ ਚੜਦਾ। ਲੈ ਬੇਫਿਕਰ ਹੋਇਆ ਭਾਬੀ ਤੂੰ, ਮੈਂ ਕਿਸੇ ਨੂੰ ਗੱਲ ਹੀ ਨਹੀਂ ਕਰਦਾ। ਲੈ ਮੈਂ ਪਾਣੀ ਪਿਆ ਕੇ ਆਵਾਂ ਡੰਗਰਾਂ ਨੂੰ। ਹੁਣ ਤਾਂ ਪਿਆਵੇਂਗੀ ਡੰਗਰਾਂ ਨੂੰ ਪਾਣੀ, ਜੇ ਪੁੱਛਣ ਵਾਲਾ ਹੋਵੇ ਤੈਨੂੰ ਦੇਣਗੇ ਅਗਲੇ ਡੰਗਰ ਨੂੰ। ਕੁੜੀ 7ਵੀਂ ਤੇ ਤੋਂ ਪਾਸ ਨਹੀਂ ਹੋਈ, ਭਾਲਦਾ ਕੈਨੇਡਾ ਵਾਲੀ। ਖੜ ਕੇ ਹੋ ਜੂ ਨਾ ਗੱਲ ਫਿਰ ਤੂੰ।
ਤਾਰੀ ਕਿੱਧਰ ਮੈਂ ਤਾਂ ਪੀਣਾ ਧਰਕੇ ਆਉਣਾ ਸੀ ਬਾਈ ਪੀਣਾ ਸਾਈਕਲ 'ਤੇ ਲੈ ਜਾਂਦਾ ਸਾਈਕਲ ਪੈਂਚਰ ਹੋ ਰਿਹਾ ਸੀਗਾ ਅੱਛਾ ਚੱਲ ਫਿਰ ਤੂੰ ਆਹ ਸਕੂਟਰੀ ਲੈ ਜਾ ਚੱਲ ਇਹ ਲੈ ਨਾ ਇਹ ਲੈ ਜਾ ਆ ਤਰਾ ਹਾਂ ਪੁੱਛ ਕਿੱਧਰ ਹੀ ਚੱਲ ਆਹ ਤਾਂ ਵਧੀਆ ਹੋ ਗਿਆ ਨਹੀਂ ਮੈਨੂੰ ਜਾਣਾ ਪੈਂਦਾ ਤੈਨੂੰ ਕੀ ਲੋੜ ਆ ਬਾਈ ਜਦੋਂ ਤੇਰਾ ਛੋਟਾ ਭਾਈ ਹੈਗਾ ਕਮਾਲ ਹੋ ਗਈ ਯਾਰ ਇਹਨੂੰ ਕੀ ਹੋ ਗਿਆ ਇਹ ਤਾਂ ਡੱਕਾਂ ਨੂੰ ਤੋੜਦਾ ਸੀਗਾ ਸਾਰਾ ਦਿਨ ਪਿਆ ਰਹਿੰਦਾ ਸੀ ਹੈ ਸੁਪਾਲ ਇਹਨੂੰ ਕੀ ਹੋ ਗਿਆ ਇਹ ਤਾਂ ਡੱਕਾਂ ਨੂੰ ਤੋੜਦਾ ਸੀ ਅੱਗੇ ਨਾ ਮੈਨੂੰ ਤਾਂ ਨੀ ਪਤਾ ਮੈਂ ਤਾਂ ਆਪ ਹੈਰਾਨ ਹਾਂ ਇਹਦੇ ਸਾਲੇ ਦੇ ਫੇਰ ਤਾਂ ਨੀ ਹੱਥ ਲੱਗ ਗਿਆ ਕਿਤੇ ਮੇਰਾ ਸਮਾਨ ਮੈਂ ਤਾਂ ਆਪਦੇ ਕੰਮ ਕਾਰਾਂ 'ਚ ਰੁੱਝੀ ਰਹਿੰਦੀ ਹਾਂ ਲਾ ਗਿਆ ਹੁਦਾ ਕਿਤੇ ਮੈਂ ਤਾਂ ਦੇਖਾਂ ਯਾਰ ਜਾ ਕੇ ਹੈ ਇਹਨੂੰ ਕੀ ਹੋ ਗਿਆ ਕਾਲੀ ਕਾਲੀ ਤੁਰਿਆ ਫਿਰਦਾ ਹੈ ਤਾਂ ਬਾਲੀ ਸੁਖਪਾਲ ਜੱਸਾ ਕਿਵੇਂ ਕਾਲੀ ਕਾਲੀ ਜੇ ਅੰਦਰ ਗਿਆ ਮੈਨੂੰ ਤਾਂ ਨੀ ਪਤਾ ਬੇਬੇ ਅੱਛਾ ਦੇਖਿਆ ਹਾਂ ਦੇਖ ਤਾਂ ਆਇਆ ਯਾਰ ਕੋਈ ਪਤਾ ਜਿਹਾ ਨਹੀਂ ਲੱਗਦਾ ਖਾਧਾ ਕਿ ਨਹੀਂ ਖਾਧਾ ਊਂ ਮੈਂ ਧਰਿਆ ਤਾਂ ਇਹੋ ਜਿਹੀ ਥਾਂ ਆ ਜਿੱਥੇ ਕਿਸੇ ਦਾ ਦਿਮਾਗ ਨਹੀਂ ਜਾਂਦਾ ਦਿਮਾਗ ਨਹੀਂ ਜਾਂਦਾ ਸਿੱਧਾ ਹੱਥੀ ਜਾਂਦਾ ਹੈ ਕੁਛ ਨਹੀਂ ਮੈਂ ਤਾਂ ਇਹ ਕਹਿੰਦੀ ਹਾਂ ਸਮਾਨ ਨੂੰ ਲੁਕੋ ਕੇ ਰੱਖਿਆ ਕਰ ਆਪਦਾ ਥੱਲੇ ਮੈਂ ਤੋਂ ਤਾਰੀ ਤੋਂ ਆਪਦੇ ਜਾਣੇ ਤਾਂ ਮੈਂ ਤੈਨੂੰ ਲੁਕੋ ਕੇ ਰੱਖਦਾ ਪਾਣੀ ਲਿਆ ਕੇ ਦੇਵਾਂ ਤੈਨੂੰ ਲਿਆ ਦੇ ਪਤੀਲੇ ਚ ਪਾ ਦਾ ਪਾ ਦਿੰਦਾ ਪਤੀਲੇ ਚ ਵੀ ਕੰਮ ਆ ਜਾਂਦਾ ਹੁੰਦਾ ਕੁਛ ਨੀ ਹੁੰਦਾ ਚੱਲ ਪਾ ਦੇ ਨਾਲੇ ਅਨਾਰ ਚ ਪਾ ਦੇ ਦੋ ਬਾਲਟੀਆਂ ਇਹਨੂੰ ਕੀ ਹੋ ਗਿਆ ਇਹ ਤਾਂ ਐਂ ਭੱਜਿਆ ਫਿਰਦਾ ਜਿਵੇਂ ਚਾਬੀ ਦੇ ਕੇ ਛੱਡਿਆ ਹੁੰਦਾ ਕੰਮ ਕਰਦਾ ਉਹੀ ਤਾਂ ਗੱਲ ਹੈ ਪੁੱਤ ਅੱਗੇ ਤਾਂ ਇਹ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਂਦਾ ਸੀ ਹੁਣ ਇਹ ਚਾਰ ਪੰਜ ਦਿਨਾਂ ਦਾ ਨਾ ਬਾਲੀ ਕੰਮ ਕਰਨ ਲੱਗ ਪਿਆ ਮੈਂ ਤਾਂ ਆਪ ਹੈਰਾਨ ਹਾਂ ਵੀ ਇਹ ਜਿਹਾ ਕੀ ਖਾਣ ਲੱਗ ਗਿਆ ਮੈਨੂੰ ਲੱਗਦਾ ਮੇਰਾ ਸਾਲਾ ਭੁੱਕੀ ਖਾਣ ਲੱਗ ਗਿਆ ਤਾਂ ਮੇਰੀ ਚੋਰੀ ਕੀ ਹੋ ਗਿਆ ਪੁੱਤ ਕੀ ਖਾਣ ਲੱਗ ਗਿਆ ਨਹੀਂ ਬੇਬੇ ਮੈਂ ਤਾਂ ਇਹ ਕਹਿਣਾ ਵੀ ਅੱਗੇ ਤਾਂ ਇਹ ਸੁੱਤਾ ਰਹਿੰਦਾ ਜਾਂ ਇੱਥੇ ਗਲੀਆਂ 'ਚ ਧੱਕੇ ਖਾਂਦਾ ਰਹਿੰਦਾ ਹਾਂ ਕਰਦਾ ਤਾਂ ਇਹ ਐਂ ਸੀ ਬਾਬੀ ਡੰਗਰ ਤਾਂ ਮੈਂ ਨਵਾਂ ਆਇਆ ਹੋਰ ਦੱਸ ਦੇ ਕੋਈ ਕੰਮ ਹੈਗਾ ਬੇ ਕੰਮ ਤਾਂ ਹੈਗਾ ਕੱਪੜੇ ਧੋਣ ਆਏ ਪੈਰੇ ਢੇਰ ਲੱਗਿਆ ਪਿਆ ਮੈਂ ਹੁਣ ਤੋ ਦਿਨਾ ਭਾਬੀ ਬੇ ਨਾ ਰਹਿਣ ਦੇ ਜੇ ਉੱਥੇ ਕੈਨੇਡਾ ਆਈ ਨੂੰ ਪਤਾ ਲੱਗ ਗਿਆ ਵੀ ਤੂੰ ਬੁੜੀਆਂ ਵਾਲੇ ਸਾਰੇ ਕੰਮ ਕਰਦਾ ਹੈ ਤੇ ਤੂੰ ਸਾਰੇ ਕੰਮ ਕਰਾਇਆ ਕਰੂਗੀ ਨਾਲੇ ਬੇਬੇ ਤੇ ਤੇਰਾ ਬਾਈ ਮੈਂ ਲੜਨਗੇ ਤੂੰ ਐਂ ਕਰ ਅੰਦਰ ਜਾ ਕੇ ਹੋਰ ਆਰਾਮ ਕਰ ਲੈ ਬਾਈ ਚੱਲ ਚੰਗਾ ਭਾਬੀ ਹੋਰ ਕਰ ਲੈ ਆਰਾਮ ਬਾਈ ਆ ਯਾਰ ਬੇਬੇ ਪਤਾ ਨਹੀਂ ਕਿਉਂ ਮੂੰਹ ਬੁਲਾ ਕੇ ਬੈਠੀ ਰਹਿੰਦੀ ਹੈ ਚੱਲ ਮੈਂ ਤਾਂ ਪੈਣਾ ਹੀ ਹਾਂ ਮੈਂ ਕੀ ਲੈਣਾ ਤਾਰੀ ਓਏ ਓ ਤਾਰੀ ਮੈਨੂੰ ਲੱਗਦਾ ਲਾਈਟ ਨਹੀਂ ਹੈਗੀ ਬਾਹਰੇ ਬਹਿ ਗਏ ਸਾਰੇ ਪੁੱਤ ਲਾਈਟ ਹੀ ਕੱਟ ਦਿੰਦੇ ਨੇ ਹੋਰ ਬੇਬੇ ਦੋ ਘੰਟੇ ਨਾਲ ਕੀ ਬਣਦਾ ਪਹਿਲਾਂ ਲਾਈਟ ਨਾਲ ਹੋਰ ਨਾ ਘਰ ਵਾਲੀ ਨਾ ਖੇਤ ਵਾਲੀ ਨਾ ਦੱਸ ਗਰਮੀ ਵੀ ਅੱਗਰੀ ਦੀ ਪੈਂਦੀ ਬੇਬੇ ਅੱਗ ਪੈਂਦੀ ਹੈ ਓ ਤਾਰੀ ਸੁਧਰ ਜਾ ਤੂੰ ਮੈਂ ਤੈਨੂੰ ਦੱਸਤਾ ਜੇ ਜ਼ਿਆਦਾ ਸ਼ੌਂਕ ਹੈ ਤਾਂ ਆਪਦੇ ਪੈਸਿਆਂ ਦੀ ਲਿਆ ਕਰ ਕੀ ਗੱਲ ਹੋ ਗਈ ਬਾਈ ਕੀ ਆਪਦੇ ਪੈਸਿਆਂ ਦਾ ਲਿਆ ਕਰਾਂ ਅੱਛਾ ਤੈਨੂੰ ਕਾਹਨੂੰ ਪਤਾ ਹੈ ਐਵੇਂ ਨੀ ਫਿਰਦਾ ਤੂੰ ਛਾਲਾ ਮਾਰਦਾ ਅੱਗੇ ਤਾਂ ਸੁੱਤਾ ਨੀ ਉੱਠਦਾ ਸੀ ਕੀ ਗੱਲ ਕਰੀ ਜਾਂਦਾ ਬਾਈ ਮੈਨੂੰ ਤੇਰੀ ਨਹੀਂ ਸਮਝ ਲੱਗਦੀ ਲੈ ਪੈ ਗਿਆ ਪੰਗਾ ਬੇ ਕੀ ਗੱਲ ਹੋ ਗਈ ਪੁੱਤ ਕੋਈ ਗੱਲ ਦਾ ਵੀ ਪਤਾ ਲੱਗੇ ਗੱਲ ਇਹਨੂੰ ਪਤਾ ਹੀ ਆ ਬੇਬੇ ਕੀ ਪਤਾ ਬਾਈ ਯਾਰ ਮੈਨੂੰ ਤੂੰ ਗੱਲ ਦੱਸ ਮੈਨੂੰ ਕੀ ਆ ਮੈਨੂੰ ਬੇਵਕੂਫ ਨਾ ਬਣਾਈ ਜਾ ਜਿਹੜਾ ਤੂੰ ਟਰੰਕ 'ਚ ਮੂੰਹ ਮਾਰਦਾ ਰੋਜ਼ ਕਿਹੜੇ ਟਰੰਕ 'ਚ ਮੇਰੇ ਟਰੰਕ 'ਚ ਹੋਰ ਕਿਹਦੇ 'ਚ
चुप को कर गया बी दस बेबे केड़ी भुकी तू भुकी खाना बेबे जिदे काम कुम वाला हुंदा खेत उदे खा लैंदा दिहाड़ियां वास्ते लियांदी सीगी एवें मारदा बेबे तां पंज छे सालां दा खांदा तू केड़ा खांदा नहीं हैगा तू चोरी करके खाना मेरी भुकी मैं तां गुरुद्वारे चढ़न नूं तैयार हां केड़ा कहां तैनूं मैं भुकी खाना ना फिर घट किवें जांदी है रोज घटनियां जदों तू रोज खाना मैनूं वी तां किवें घट जांदी है चल छड परा क्यों क्लेश करी जाना क्लेश करा ना ट्रंक चो कट कट मेरी भुक्की खाई जांदा है ए तां ए फिरदे जिवें चाबी दे के छड्या हुंदा ओ की आ यार भाई मैं तां कदे नहीं तेरी भुक्की खादी कम तां हुण मैं शौक नाल उही करन लग गया शौक नाल करन लग गया जदों दो कार्ड मारे हुंदे ना उही नहीं टिकन दिंदे तैनूं हाय मैं मर जां तुसीं दोने भुक्की खाण लग गए तुसीं तां अमली बण गए अमली मैं कोई नहीं खांदा बेबे मैं तां इक वी चमचा नहीं खादा मैं तां गुरुद्वारे चढ़न नूं तैयार हां होर बेबे मैनूं तां आप नहीं समझ आउंदी ਵੀ ਕੋਈ ਹੋਰ ਚੀਜ਼ ਖਾ ਲੋ ਇਹ ਚੋ ਕੀ ਨਿਕਲਦਾ ਕੋਈ ਹੋਰ ਚੀਜ਼ ਡੱਫ ਲੋ ਮਰ ਜਾਓ ਹੋਰ ਪੁੱਤਾ ਬਾਈ ਯਾਰ ਤੇਰੇ ਸਿਰ ਦੀ ਸੌਂ ਲੱਗੇ ਜੇ ਮੈਂ ਤੇਰੀ ਭੁੱਖੀ ਖਾਧੀ ਹੋਵੇ ਇੰਨਾ ਕੁ ਤਾਂ ਵਿਸ਼ਵਾਸ ਹੈਗਾ ਤੈਨੂੰ ਮੈਂ ਤੇਰੀ ਸੌਂ ਤਾਂ ਝੂਠੀ ਖਾਂਦਾ ਫਿਰ ਮੇਰਾ ਸਮਾਨ ਘੱਟ ਕਿਵੇਂ ਜਾਂਦਾ ਤੂੰ ਭੁੱਖੀ ਖਾਣਾ ਉਹ ਚੁੱਪ ਕਰ ਬੇਬੇ ਤੂੰ ਅੱਡ ਗਾਣੇ ਬਣਾ ਲਿਆ ਖਾਣਾ ਤਾਂ ਖਾਣਾ ਹੁਣ ਕੰਮ ਕਾਰ ਵਾਲੇ ਬੰਦੇ ਖਾਂਦੇ ਹੁੰਦੇ ਨੇ ਮੈਂ ਕਿਹੜਾ ਭੁੱਖੀ ਖਾ ਕੇ ਡਿੱਗਿਆ ਹੁਣ ਕਿਤੇ ਕੰਮ ਹੀ ਕਰਦਾ ਨਾ ਜੇ ਨਾ ਖਾਵੇ ਇਹਦਾ ਬਿਨਾਂ ਕੀ ਜਾਨ ਨਿਕਲਦੀ ਹੈ ਅੰਦਰ ਤੁਰ ਜਾ ਬਥੇਰਾ ਜਲੂਸ ਕਢਾ ਲਿਆ ਕਢਾ ਲਿਆ ਜਲੂਸ ਲੈ ਦੇਖ ਲੈ ਭਾਬੀ ਕੰਮ ਦੀ ਸ਼ਾਬਾਸ਼ ਦਿੰਦਾ ਮੈਨੂੰ ਬੇ ਚੱਲ ਇਹਨੂੰ ਕੀ ਕਹਿਣਾ ਹੈ ਲੈ ਕੰਮ ਤਾਂ ਹੁਣ ਖਰਾਬ ਹੀ ਹੋ ਗਿਆ ਇਹ ਵੀ ਚੱਕੀ ਹੋ ਗਿਆ ਆਪ ਵੀ ਨਹੀਂ ਖਰੀਦ ਕੇ ਲਿਆਉਣ ਜੋਗੀ ਲੈ ਪਿੰਡ 'ਚ ਪਤਾ ਲੱਗ ਜੂ ਲੈ ਹੁਣ ਕੀ ਬਣੂ ਬੇਬੀ ਯੋਗਾ ਫਿਰ ਕਰ ਲੈਣੀ ਡੈਡੀ ਨੂੰ ਹਾਂ ਕਰ ਲੈਣੀ ਆ ਫਰਕ ਲੱਗਦਾ ਮੈਨੂੰ ਤਾਂ ਹੁਣ ਮੂੰਹ ਜਾ ਪਲਾ ਕੇ ਹੈ ਹਾਂ ਹਾਂ ਕੱਪੜੇ ਖੁੱਲੇ ਹੋ ਗਏ ਛੋਟੇ ਪਹਿਲੇ ਨੂੰ ਤਾਂ ਪਾਈ ਗਿਆ ਫਰਕ ਬਹੁਤ ਜ਼ਿਆਦਾ ਅੱਛਾ ਫਿਰ ਤਾਂ ਕਰ ਲਿਆ ਕਰੂੰਗੀ ਕੱਪੜੇ ਦਾ ਪਤਾ ਲੱਗਦਾ ਨਾ ਸਾਡੇ ਤੋਂ ਹਾਂ ਚੰਗਾ ਮੈਂ ਤਾਂ ਉੱਧਰ ਲਿਖੇ ਜਾਂਦਾ ਠੀਕ ਹੈ ਠੀਕ ਹੈ ਮੈਂ ਤਾਰੀ ਤੇ ਸ਼ੱਕ ਕਰੀ ਜਾਂਦਾ ਸੀ ਭੁੱਖੀ ਇਹ ਖਾਈ ਜਾਂਦੀ ਹੈ ਮੇਰੀ ਬੂ ਮੈਂ ਮਰ ਜਾ ਸੁਖਪਾਲ ਤੂੰ ਭੁੱਖੀ ਖਾਂਦੀ ਹੈ ਮੇਰੀ ਨੂੰ ਭੁੱਖੀ ਖਾਂਦੀ ਹੈ ਮੈਂ ਤਾਂ ਆਪ ਹੈਰਾਨ ਇਹਦੇ ਤੇ ਇਹ ਲੋਕਾਂ ਦੀਆਂ ਨੂਹਾਂ ਨਾਲੋਂ ਵੱਖਰੀ ਆ ਗਈ ਉਹਦੇ ਵੀ ਤੇਰੇ ਮੂੰਹ 'ਚ ਭੁੱਖੀ ਹੋਈ ਸੀ ਜਿਹਦੇ ਮੂੰਹ ਭਲਾਈ ਬੈਠੀ ਸੀ ਜਦੋਂ ਕਹਿੰਦੀ ਕਿ ਮੈਂ ਤਾਂ ਯੋਗਾ ਕਰਦੀ ਹਾਂ ਭੁੱਖੀ ਹੋਈ ਸੀ ਤੇਰੇ ਮੂੰਹ 'ਚ ਉਹਦੇ ਮੈਂ ਦੋ ਦੋ ਟਾਈਮ ਮੂੰਹ ਫਲਾ ਕੇ ਤੇ ਸਾਹ ਰੋਕੀ ਬੈਠੀ ਰਹਿੰਦੀ ਹਾਂ ਤਾਂ ਬਹੁਤ ਮਾੜੀ ਕੀਤੀ ਮੇਰੇ ਨਾਲ ਚੱਲ ਕਰ ਉਹਨੇ ਕੋਲ ਮੇਰੇ ਹੈ ਮੈਨੂੰ ਕੀ ਪਤਾ ਸੀ ਮੈਂ ਅਮਲੀ ਜਨਾਨੀ ਨਾਲ ਵਿਆਹ ਕਰਾਈ ਜਾਂਦਾ ਪਤਾ ਤਾਂ ਮੈਨੂੰ ਵੀ ਨਹੀਂ ਸੀ ਵੀ ਮੈਂ ਅਮਲੀ ਬੰਦੇ ਨਾਲ ਵਿਆਹ ਕਰਵਾਈ ਜਾਂਦੀ ਹਾਂ ਨਾਲੇ ਭੁੱਕੀ ਮੈਂ ਕੋਈ ਪੇਕੇ ਤੋਂ ਖਾਂਦੀ ਨਹੀਂ ਆਈ ਮੇਰੇ ਤਾਂ ਪੇਕਿਆਂ ਨੂੰ ਇਹ ਵੀ ਨਹੀਂ ਪਤਾ ਭੁੱਕੀ ਦਾ ਰੰਗ ਕਿਹੋ ਜਿਹਾ ਹੁੰਦਾ ਸਹੀ ਗੱਲ ਕਹਿਣੀ ਆ ਮੈਂ ਭੁੱਕੀ ਖਾਣ ਮੈਨੂੰ ਤੂੰ ਲਾਇਆ ਮੈਂ ਲਾਇਆ ਮੈਂ ਕਦੋਂ ਲਾਤਾ ਯਾਦ ਕਰ ਜਿੱਦਣ ਮੈਂ ਬਿਮਾਰ ਸੀ ਇੱਕ ਦਿਨ ਸੁਪਾਲ ਕੀ ਹੋ ਗਿਆ ਅੱਜ ਇੰਨੇ ਚਿਰ ਦੀ ਪਈ ਹੈ ਪਤਾ ਨਹੀਂ ਹੱਡ ਪੈਰ ਜੇ ਟੁੱਟੀ ਜਾਂਦੇ ਨੇ ਨਾਲੇ ਐਂ ਲੱਗਦਾ ਜਿਵੇਂ ਬੁਖਾਰ ਜਿਹਾ ਚੜ੍ਹ ਲਿਆ ਹੁੰਦਾ ਨਾ ਜੇ ਖਾਂ ਲੱਗ ਰਹੇਗਾ ਜੇ ਇੱਧਰ ਜਾਊਂਗੇ ਤਾਂ ਦਵਾਈ ਲਿਆ ਦਿਓ ਤੇ ਦਵਾਈ ਤੇ ਐਵੇਂ 40-50 ਰੁਪਏ ਲਾਉਣੇ ਨੇ ਦਵਾਈ ਆਪਣੇ ਘਰੇ ਹੈਗੀ ਤੈਨੂੰ ਮੈਂ ਮੜੀ ਜਿਹੀ ਗਲਾਸ 'ਚ ਘੋਲ ਕੇ ਭੁੱਖੀ ਲਿਆ ਕੇ ਦਿੰਦਾ ਤੂੰ ਉਹ ਖਾ ਲਈ ਲੈ ਤੇਰਾ ਜੁਖਾਮ ਜੁਖੂਮ ਮਿੰਟਾਂ 'ਚ ਚੱਕ ਦੂ ਨਾ ਰਹਿਣ ਦੇ ਤੂੰ ਮੈਂ ਕਦੇ ਖਾਧੀ ਨਹੀਂ ਕਰੀ ਨਹੀਂ ਮੈਂ ਤਾਂ ਦਵਾਈ ਉਹ ਲਿਆ ਦੇ ਤੇ ਦਵਾਈ ਨੂੰ ਕੀ ਹੈ ਤੂੰ ਖਾ ਕੇ ਤਾਂ ਦੇਖੀ ਤੂੰ ਤਾਂ 5 ਮਿੰਟਾਂ 'ਚ ਕੰਮ ਨੂੰ ਜਾ ਕੇ ਚੁੰਬੜ ਜਾਏਂਗੀ ਤੇ ਚੱਲ ਦੇਖ ਲੈ ਫਿਰ ਮਰਜ਼ੀ ਹੈ ਤੇਰੀ ਮੈਂ ਲਿਆਉਣਾ ਹੁਣੇ ਬੈਠ ਤੂੰ ਆ ਲੈ ਪੀ ਲੈ ਕੇਰਾ ਪੀ ਲੈ ਇਹ ਕਿੰਨੀ ਕੌੜੀ ਹੈ ਪੀ ਲੈ ਇਹ ਤਾਂ ਤੂੰ 10 ਮਿੰਟਾਂ ਨੂੰ ਦੱਸੀ ਵੀ ਕੌੜੀ ਸੀ ਕਿ ਮਿੱਠੀ ਸੀ ਪੀ ਜਾ ਛੱਡੀ ਨਾ ਬਹੁਤ ਮਹਿੰਗੀ ਹੁੰਦੀ ਹੈ ਇਹ ਹੋਰ ਬਾਲੀ ਕੌੜੀ ਹੈ ਮੈਂ ਕਿਹਾ ਤੂੰ ਦੇਖੀ ਤਾਂ ਸਹੀ ਚੰਗਾ ਫਿਰ ਮੈਂ ਤਾਂ ਜਾਣਾ ਖੇਤ ਹੈ ਠੀਕ ਹੈ
ਤੂੰ ਕਿ ਮੈਂ ਸਿਰ ਜਾ ਬੰਨੀ ਫਿਰਦੀ ਹੈ ਸਿਰ ਵਾਲਾ ਦੁਖੀ ਜਾਂਦਾ ਹੈ ਗੋਲੀ ਵੀ ਲੈ ਲਈ ਕੋਈ ਫਰਕ ਨਹੀਂ ਪਿਆ ਹੈਗਾ ਇਹ ਗੋਲੀ ਨਾਲ ਨਹੀਂ ਫਰਕ ਪੈਂਦਾ ਦੇਸੀ ਦਵਾਈ ਨਾਲ ਹਟੂ ਮੈਂ ਲਿਆ ਕੇ ਦਿੰਦਾ ਤੈਨੂੰ ਚਮਚਾ ਦੇਖ ਲੈ ਮੈਂ ਤਾਂ ਕਹਿੰਦੀ ਛੱਡ ਖੜਾ ਆਪੇ ਹਟ ਜੂਗਾ ਉਹ ਨਾ ਨਾ ਐ ਨਹੀਂ ਹਟਦਾ ਮੈਂ ਲਿਆਉਣਾ ਮੈਂ ਤੂੰ ਖੜ ਜਾ ਇੱਥੇ ਆ ਲੈ ਚੱਲੇ ਖੜੀ ਹੋ ਪਾਣੀ ਤਾਂ ਲਿਆਵਾ ਪਾਣੀ ਉੱਥੋਂ ਪੀ ਲੈ ਜੇ ਹੁਣ ਬਣਾ ਦੂ ਟੱਲੀ ਤੈਨੂੰ ਕਿਉਂ ਮੰਨਦੀ ਹੈ ਹਾਂ ਠੀਕ ਹੈ ਮੈਂ ਤਾਂ ਜਮੀ ਕੰਮ ਕਰਤਾ ਉਹਨੇ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਇੱਕ ਨੰਬਰ ਇਹ ਦਵਾਈ ਤਾਂ ਬਸ ਐਂ ਕਰਦੇ ਕਰਦੇ ਤੂੰ ਮੈਨੂੰ ਗਜਾਤਾ ਮੈਂ ਤੇਰੀ ਭੁੱਖੀ ਚੋਰੀਓ ਖਾਣ ਲੱਗ ਗਈ ਫਿਰ ਸੁਖਪਾਲ ਤੇਰਾ ਕੋਈ ਕਸੂਰ ਨਹੀਂ ਜੱਸੇ ਪੁੱਤ ਤੇਰਾ ਕਸੂਰ ਹੈ ਤੈਂ ਆਦਤ ਪਾਈ ਹੈ ਕਿ ਸੁਖਪਾਲ ਨੂੰ ਭੁੱਕੀ ਦੀ ਤੂੰ ਮੇਰੇ ਤੇ ਐਵੇਂ ਇਲਜ਼ਾਮ ਲਾਈ ਜਾਂਦਾ ਸੀ ਬਾਈ ਕੰਮ ਤਾਂ ਇਧਰੋਂ ਭਾਬੀ ਚੱਕੀ ਜਾਂਦੀ ਸੀ ਇਹ ਚੁੱਪ ਕਰਕੇ ਬਹਿ ਜਾ ਮੇਰੇ ਪਿੰਡ 'ਚ ਰੌਲਾ ਪਾ ਦੀ ਹੋਰ ਕਹਿਣਗੇ ਬਰਾਣਾ ਦੀ ਨੂੰ ਭੁੱਕੀ ਖਾਂਦੀ ਹੈ ਤੇ ਬਰਾੜਾ ਦਾ ਮੁੰਡਾ ਕਿਹੜਾ ਘੱਟ ਹੈ ਉਹ ਵੀ ਤਾਂ ਖਾਂਦਾ ਹੀ ਹੈ ਮੈਂ ਤਾਂ ਚੱਲਿਆ ਯਾਰ ਸ਼ਹਿਰ ਮੈਂ ਤਾਂ ਦਵਾਈ ਲੈ ਕੇ ਆਉਣਾ ਛੱਡਣ ਵਾਲੀ ਨਾਲੇ ਤਾਂ ਆਪ ਖਾਊ ਨਾਲੇ ਸੁਪਾਲ ਨੂੰ ਖਵਾਉ ਆ ਭਈ ਹੈ ਜਿਹੜੀ ਇਹਨੂੰ ਸੁੱਟ ਕੇ ਆਵਾਂ ਬਾਰੇ ਆ ਮੇਰੀ ਗੱਲ ਸੁਣਿਓ ਛੱਡਣੀ ਤਾਂ ਆਪਾਂ ਹੈਗੀ ਹੋਗੀ ਜਿਹੜੀ ਰਹਿੰਦੀ ਹੈ ਤਾਂ ਖਾ ਲਈਏ ਖਵਾਵਾਂ ਤੈਨੂੰ ਲੈ ਦੱਸ ਰੁੜ ਜਾਣੀ ਨਾ ਹੋਵੇ ਤਾਂ ਉਹ ਜਾ ਭਾਬੀ ਤੂੰ ਤਾਂ ਜਮਾ ਪੱਕੀ ਆਮਲੀ ਬਣੀ ਬੈਠੀ ਹੈ ਨਹੀਂ ਖਾਂਦੀ ਵੇ ਸਿੱਟਿਓ ਸਿੱਟਿਓ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ ਤੁਸੀਂ ਜੁੜੇ ਹੋ ਪਿੰਡੂ ਵਿਰਸਾ ਦੇ ਨਾਲ ਹੁਣ ਵਾਰੀ ਹੈ ਕਮੈਂਟ ਵਾਲਿਆਂ ਦੀ ਜਿਨ੍ਹਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਐਪਰੀਸ਼ੀਏਟ ਕੀਤਾ ਕਰਮਜੀਤ ਕੌਰ ਧਾਲੀਵਾਲ ਸੰਗਤਪੁਰਾ ਟਿਵਾਣਾ ਸਾਹਿਬ ਰਹੀਮਪੁਰ ਹੈਰੀ ਸਮਰਾ ਸਿਮਰ ਰੰਧਾਵਾ ਫਤਿਹਗੜ੍ਹ ਚੂੜੀਆਂ ਹੰਸਰਾਜ ਕਨਗੋ ਸ਼ੇਰਪੁਰ ਕਲਾਂ ਭੋਲਾ ਦਰੀਆਪੁਰ ਰੇਨੂ ਕਪੂਰਥਲਾ ਕੁਲਜੀਤ ਨਿਜ਼ਾਮਪੁਰ ਜੈਸਮੀਨ ਸੰਘਾਰਾ ਊਸ਼ਾ ਸ਼ਰਮਾ ਦਿੱਲੀ ਮਨਦੀਪ ਰੰਧਾਵਾ ਅੰਮ੍ਰਿਤਸਰ ਮਾਲੀ ਦਿਓਲ ਖੁਸ਼ਪਾਲ ਸਿੰਘ ਭੰਗੂ ਇਟਲੀ ਗੁਰਵੀਰ ਚਹਿਲ ਗੁਰਸੇਵਕ ਸਿੰਘ ਹਿੰਮਤਪੁਰਾ ਗੁਰਿੰਦਰਜੀਤ ਸਿੰਘ ਕਮਾਲੂ ਸਪੈਚ ਏਕਮਵੀਰ ਸਿੰਘ ਕੁਰਾਲੀ ਕੈਪਟਨ ਰਾਮ ਸਿੰਘ ਬੱਪੀਆਣਾ ਰਾਜਵਿੰਦਰ ਢਿੱਲੋ ਸੁਖਾ ਸਿੰਘ ਸਰਾਰੀ ਸੁਖਜਿੰਦਰ ਕੌਰ ਭਗਤਾ ਭਾਈਕਾ ਬਹੁਤ ਬਹੁਤ ਧੰਨਵਾਦ ਸਾਨੂੰ ਐਪਰੀਸ਼ੀਏਟ ਕਰਨ ਦੇ ਲਈ ਇਸੇ ਤਰ੍ਹਾਂ ਸਾਡੀਆਂ ਵੀਡੀਓ ਵੇਖਦੇ ਰਹੋ ਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਮੇਰੀਆਂ ਭੈਣਾਂ ਭੁੱਕੀ ਖਾਣ ਤੋਂ ਬਚੋ ਕਿਤੇ ਬਿਮਾਰ ਠਮਾਰ ਹੋ ਕੇ ਮੇਰੇ ਵਾਂਗ ਚਮਚਾ ਲਾ ਜਾਓ ਕਿਸੇ ਵੇਲੇ ਸਾਨੂੰ ਕਮੈਂਟ ਜ਼ਰੂਰ ਕਰਿਓ ਸੋਹਣੇ ਸੋਹਣੇ ਕਮੈਂਟ ਲਾਜ਼ਮੀ ਕਰਨਾ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਸ਼ੁਕਰੀਆ ਜੀ ਮਿਹਰਬਾਨੀ ਜੁੜੇ ਰਹੋ ਪਿੰਡੂ ਵਿਰਸਾ ਦੇ ਨਾਲ